देखी चल मरदानिया रंग करदार दे, आपे मर जाते जो दूजियां नूं मार दे। हाँ तेरा पिंड केड़ा केड़ा एरिया थोड़ा, क्योंकि ज्यादातर मैनू अंबरसर एरिए तो कमेंट ज्यादा आउंदे ने, मतलब कढ़दे ने आपां उहनां नूं। फिर आपां जिंदगी दे विच आपां उहनां नूं कहता बस बई अपनी तेरे नाल इत्थे तक ही है, क्योंकि कॉमेडियां यार स्टार्ट कीतियां ने। उदों मैनू मेरे रिश्तेदारां ने मेरे यारां दोस्तां ने कहा आ की कम करन लग गया, घरदिया ने तो कहनी थी, घरदिया का गाला पैंदी सपोर्ट दी। हाँ पर जिहड़े मेरे वीर सपोर्ट कर रहे ने मैनू उहनां दा बहुत बहुत धन्नवाद है। मैनू बाहरों एन आर आई असीं वटदे हाँ, असीं हार के भी जिंदगी जीउण दा जज्बा असीं रखदे हाँ, ये गल सही है मेरे वीर। हाँ जी सत श्री अकाल दोस्तों, स्वागत है थोड़ा अपने चैनल पर एक अज नवी वीडियो दे विच। अज दी वीडियो दा टॉपिक है जी दिल दीआं गल्लां, ते थोड़े नाल गल दीआं गल्लां शेयर करनियां ने। ते जो मैं जिंदगी दे विच लिखिया, जो भी मैं जिंदगी दे विच महसूस किया ये लाइन दे विच आउण तों बाद, वो गल्लां बातां जो थोड़े नाल शेयर करनियां ने। पहलां ना मेरे वीरां नूं गुजारिश इही है कि अपने चैनल नूं सबसक्राइब कर लो, ते वीडियो नूं वध तों वध शेयर करियो जेकर तुहानूं गल्लां बातां अज मेरिया वधिया लगन। ये लाइन दे विच मेरे आने तो बाद जो मैं कुछ जिंदगी दे विच महसूस किया उन्हां दे गल्लां बातां मैं लिखियां ने, है ना। पहला ना मेरे वीर बहुत पुछते ने कि तू कित्थों तो वहां, तेरा पिंड केड़ा केड़ा एरिया थोड़ा, क्योंकि ज़्यादातर मैनू अंबरसर एरिए तो कमेंट ज़्यादा आते हैं, क्योंकि उस पासे वाल अपनी वीडियो ज़्यादा चलदिया ने। इस करके मैं अपना पिंड का एड्रेस दसदा, मेरा पिंड है जी नौरा, जिला पटियाला, ते तहसील आपां नूं पैंदी है नाभा, ते इधरों मरेलकोटला साइड तो आपां नूं अमरगढ़ नेड़े पै जांदा। अमरगढ़ तो 8 किलोमीटर है जी अपना नौरा पिंड। जिहड़े मेरे वीर ने पहुंचना होवे आ सकदा है ते आपां नूं मिल सकदा है ना, पर हले तक दो तीन जणे आए ने आपां नूं मिलन, कोई एदां कोई चक्कर नहीं, ते आयो जरूर कोई नहीं। सब नूं दिलों रिस्पैक्ट है जिहड़ी अपनी रिस्पैक्ट करदे ने। ते इस जैन दे विच मैं कुछ गल्लां बातां लिखियां ने, इह लाइन दे विच आउण तों बाद बहुत कुछ सिखिया यार, ਬਹੁਤ ਕੁਝ ਚੰਗੇ ਮਾੜੇ ਲੋਕਾਂ ਨੂੰ ਜ਼ਿੰਦਗੀ 'ਚੋਂ ਕੱਢਿਆ, ਮਤਲਬ ਜੋ ਆਪਣੇ ਨਾਲ ਨਾ ਮਤਲਬ ਕੱਢਦੇ ਨੇ ਆਪਾਂ ਉਹਨਾਂ ਨੂੰ, ਫਿਰ ਆਪਾਂ ਜ਼ਿੰਦਗੀ ਦੇ ਵਿੱਚ ਆਪਾਂ ਉਹਨਾਂ ਨੂੰ ਕਹਿਤਾ ਬਸ ਬਈ ਆਪਣੀ ਤੇਰੇ ਨਾਲ ਇੱਥੇ ਤੱਕ ਹੀ ਹੈ। ਕਿਉਂਕਿ ਯਾਰ ਜਦ ਆਪਾਂ ਜ਼ਿੰਦਗੀ ਦੇ ਵਿੱਚ ਕੋਈ ਮਿਹਨਤ ਕਰ ਰਹੇ ਹਾਂ, ਜਦੋਂ ਆਪਾਂ ਨੂੰ ਉਹਦੇ ਵਿੱਚ ਰੋਕਣ ਵਾਲਾ ਰੁਕਾਵਟ ਹੋ ਜਾਵੇ, ਬਸ ਉਹਦੇ ਨਾਲ ਲੜਨਾ ਨਹੀਂ, ਬਸ ਉਹਨੂੰ ਬੁਲਾਉਣਾ ਬੰਦ ਕਰ ਦਿਓ, ਸਿੱਧੀ ਜਿਹੀ ਗੱਲ ਹੈ। ਹਾਂ ਪਰ ਜਦੋਂ ਤੁਸੀਂ ਜ਼ਿੰਦਗੀ ਦੇ ਸਕਸੈਸ ਹੋਗੇ ਫਿਰ ਤਾਂ ਤੁਹਾਨੂੰ ਪਤਾ ਹੈ ਕੌਣ ਕੌਣ ਆਉਂਦਾ ਤੁਹਾਡੇ ਲਵੇ। ਹਾਂ ਜਦੋਂ ਮੈਂ ਯੂਟਿਊਬ 'ਤੇ ਵੀਡੀਓਆਂ ਬਣਾਉਣੀਆਂ ਸਟਾਰਟ ਕੀਤੀਆਂ ਨੇ, ਉਦੋਂ ਮੈਨੂੰ ਮੇਰੇ ਰਿਸ਼ਤੇਦਾਰਾਂ ਨੇ ਮੇਰੇ ਯਾਰਾਂ ਦੋਸਤਾਂ ਨੇ ਕਿਹਾ ਉਹ ਕੀ ਕੰਮ ਕਰਨ ਲੱਗ ਗਿਆ, ਘਰਦਿਆਂ ਨੇ ਤਾਂ ਕਹਿਣੀ ਸੀ, ਘਰਦਿਆਂ ਦਾ ਗਾਲਾਂ ਪੈਂਦੀਆਂ ਨੇ, ਹੁਣ ਵੀ ਪੈਂਦੀਆਂ ਨੇ, ਕੋਈ ਗੱਲ ਨਹੀਂ ਹੈ ਨਾ, ਗਾਲਾਂ ਕਿਉਂ ਆਉਂਦੀਆਂ ਨਾਲ, ਹੈ ਨਾ। ਅਤੇ ਬਸ ਚੱਲੀ ਜਾਂਦਾ ਕੰਮ ਕਾਰ ਕਿਵੇਂ ਚੱਲਦਾ ਸਿਸਟਮ। ਅਤੇ ਮੈਨੂੰ ਸਭ ਤੋਂ ਜ਼ਿਆਦਾ ਤਾਂ ਸ਼ੌਂਕ ਮੇਰੀ ਮੈਨੂੰ ਸਟੋਰੀ ਕਨਸੈਪਟ ਦਾ, ਸਟੋਰੀ ਕਨਸੈਪਟ ਮੈਂ ਪਹਿਲਾਂ ਪਹਿਲਾਂ ਵਧੀਆ ਬਣਾਏ ਨੇ, ਜਿਵੇਂ ਜ਼ਮੀਨਾਂ ਨੂੰ ਰਿਸ਼ਤੇ, ਅਤੇ ਜਿਵੇਂ ਜਦੋਂ ਅੱਗਾਂ ਦਾ ਕੰਮ ਅੱਗਾਂ ਲੱਗ ਜਾਂਦੀਆਂ ਤੀਆਂ ਫਸਲਾਂ ਨੂੰ, ਅਤੇ ਉਸ ਕਨਸੈਪਟ ਦੇ ਵਧੀਆ ਸਟੋਰੀਆਂ ਬਣਾਈਆਂ ਹੋਈਆਂ ਨੇ। ਜੱਟ ਦੀ ਜੂਨਬਰੀ ਉਹ ਬਣੀ ਹੋਈ ਹੈ ਕਨਸੈਪਟ, ਬਹੁਤ ਵਧੀਆ ਬਣਾਏ ਹੋਏ ਨੇ, ਅਤੇ ਲੋਕ ਕੀ ਕਹਿਣਗੇ, ਕਿਉਂਕਿ ਕਈ ਵਾਰ ਮੇਰਾ ਐਂ ਹੁੰਦਾ ਮੈਂ ਮਾਇੰਡ ਦੇ ਵਿੱਚ ਕਨਸੈਪਟ ਬਣਾ ਕੇ ਭੁੱਲ ਜਾਂਦਾ, ਕਨਸੈਪਟ ਬਹੁਤ ਬਣਾਏ ਨੇ, ਬਟ ਗੱਲ ਸੀ ਸ਼ੇਅਰਿੰਗ ਦੀ, ਸਪੋਰਟ ਦੀ। ਹਾਂ ਪਰ ਜਿਹੜੇ ਮੇਰੇ ਵੀਰ ਸਪੋਰਟ ਕਰ ਰਹੇ ਨੇ ਮੈਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਮੈਨੂੰ ਬਾਹਰੋਂ NRI ਮੇਰੇ ਵੀਰ ਬਹੁਤ ਵਧੀਆ ਸਪੋਰਟ ਕਰ ਰਹੇ ਨੇ, ਬਲ ਜਿਹੜੀ ਸਪੋਰਟ ਹੁੰਦੀ ਆ ਜ਼ਿਆਦਾਤਰ ਪਿੰਡ ਦੀ ਹੁੰਦੀ ਹੈ, ਪਿੰਡ ਦੇ ਵਿੱਚ ਆਪਾਂ ਨੂੰ ਘੱਟੋ ਘੱਟ 20% ਦੀ ਸਪੋਰਟ ਮਿਲੀ ਆ, ਕਿਉਂਕਿ ਜਦੋਂ ਕੋਈ ਛੋਟੇ ਘਰ ਤੋਂ ਮੁੰਡਾ ਉੱਠ ਕੇ ਕੋਈ ਵੱਡੀ ਮੰਜ਼ਿਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਤਾਂ ਕਿ ਉਹਦੀਆਂ ਲੱਤਾਂ ਖਿੱਚਣ ਵਾਲੇ ਆ ਹੀ ਜਾਂਦੇ ਨੇ। ਤਾਂ ਮੇਰਾ ਤਾਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਇਹੀ ਹੈ ਕਿ ਲੋਕ ਕੁਝ ਮਰਜ਼ੀ ਕਹਿਣ ਪਰ ਤੁਸੀਂ ਪਰਵਾਹ ਨਹੀਂ ਕਰਨੀ, ਜ਼ਿੰਦਗੀ ਦੇ ਵਿੱਚ ਅੱਗੇ ਵਧਣਾ। ਜ਼ਿੰਦਗੀ ਦੇ ਵਿੱਚ ਬੋਲਣ ਵਾਲੇ ਆਉਂਦੇ ਰਹਿੰਦੇ ਨੇ, ਮੈਂ ਕਿਸੇ ਨੂੰ ਹੇਠ ਲੈ ਕੇ ਨਹੀਂ ਗੱਲ ਕਹਿ ਰਿਹਾ, ਮੈਂ ਜ਼ਿੰਦਗੀ ਦੇ ਵਿੱਚ ਜੋ ਮੈਂ ਮਹਿਸੂਸ ਕੀਤਾ ਉਹ ਗੱਲਾਂ ਜੋ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਰਿਹਾ। ਜ਼ਿੰਦਗੀ 'ਚ ਅੱਗੇ ਵਧੋ ਯਾਰ, ਕਿਸੇ ਬਾਰੇ ਨਾ ਸੋਚੋ ਕੀ ਸੋਚੂ ਮੇਰੇ ਬਾਰੇ, ਉਹ ਕੀ ਸੋਚੂ ਜਿਵੇਂ ਅੱਜ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ। ਹਾਂ ਮੋਟੀਵੇਸ਼ਨ ਸਪੀਕ ਦਿਓ ਹਮੇਸ਼ਾ, ਮੋਟੀਵੇਟ ਕਰੋ ਕਿ ਕਿਸੇ ਨੂੰ ਉਹ ਨਾ ਕਰੋ, ਹੈ ਨਾ, ਥੱਲੇ ਛੱਟਣ ਦੀ ਕੋਸ਼ਿਸ਼ ਨਾ ਕਰੋ। ਜਿਵੇਂ ਬਾਬਾ ਨਾਨਕ ਜੀ ਨੇ ਕਿਹਾ ਸੀ, ਆਪੇ ਦੇਖੀ ਚੱਲ ਮਰਦਾਨਿਆਂ ਰੰਗ ਕਰਦਾਰ ਦੇ, ਆਪੇ ਮਰ ਜਾਂਦੇ ਜੋ ਦੂਜਿਆਂ ਨੂੰ ਮਾਰਦੇ। ਇਹ ਗੱਲ ਸਹੀ ਹੈ ਜੀ, ਉਹ ਆਪ ਹੀ ਮਰ ਜਾਂਦੇ ਨੇ ਜੋ ਦੂਜਿਆਂ ਨੂੰ ਮਾਰਦੇ ਨੇ। ਅਤੇ ਹਾਂਜੀ ਮੈਂ ਕੁਝ ਲਿਖਤ ਦੇ ਵਿੱਚੋਂ ਕੁਝ ਲਹਿਣਾ ਜੋ ਸ਼ਾਇਰੀ ਦੇ ਰੂਪ ਵਿੱਚ ਬਣਾਈਆਂ ਹੋਈਆਂ ਨੇ, ਉਹ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ। ਕਹਿੰਦਾ ਤੇਰੇ ਕੋਲ ਹੈ ਮਾਂ ਪਰ ਤੈਨੂੰ ਕਦਰ ਨਹੀਂ, ਤੇਰੇ ਕੋਲ ਹੈ ਮਾਂ ਪਰ ਤੈਨੂੰ ਕਦਰ ਨਹੀਂ, ਉਸਨੂੰ ਫਿਕਰ ਹੈ ਪਰ ਤੈਨੂੰ ਫਿਕਰ ਨਹੀਂ, ਉਸਨੂੰ ਪੁੱਛ ਕੇ ਵੇਖ ਮਾਂ ਕੀ ਹੁੰਦੀ ਜਿਸ ਕੋਲ ਮਾਂ ਨਹੀਂ,
कदर कर माँ की पगलिया, माँ बिना दुनिया से कोई हस्ती नहीं। कदर करो माँ की यार, माँ बिना दुनिया से कोई हस्ती नहीं। हाँ, माँ बाप जिंदगी दे विच बहुत अहमियत रखते हैं। माँ बाप ही बच्चे नूं चंगे संस्कार देणगे तां बच्चा चंगा निकलूगा। सब तो वड्डी गल है माँ बाप ते डिपेंड करती है कि माँ बाप बच्चों नूं किदां दे संस्कार दे रहे हैं। गल तां संस्कारां दी है इत्थे सारी यार। जिंदगी दे विच यार कुछ भी पाउणा मुश्किल नहीं हैगा। जिवें मैनूं शौक सीगा वीडियो दा, हाँ मैं वीडियो बनाउणियां स्टार्ट करियां, चाहे लोकां ने कुछ मर्जी कहा, गालां कढ़ियां मैनूं, है ना, पर मैं दबिया नहीं। बस गल्लां बातां लिखी जाने जो भी जिंदगी दे जहन च आउंदियां ने। ते हुण आपां मैं लिखिया सी, किसे नाल गुस्सा गिला नहीं, वरतन वालियां नाल वरतदे आं, मतलब कढ़न वालियां तों पासा असीं वटदे आं, असीं हार के भी जिंदगी जीउण दा जज्बा असीं रखदे आं। ਇਹ ਗੱਲ ਸਹੀ ਹੈ ਮੇਰੇ ਵੀਰ। ਹੁਣ ਵਰਤਣ ਵਾਲੇ ਇੱਥੇ ਉਹ ਆ ਗਏ ਜਿਨ੍ਹਾਂ ਨਾਲ ਜਿਹੜੇ ਆਪਾਂ ਨੂੰ ਖੁਸ਼ ਹੋ ਕੇ ਮਿਲਦੇ ਨੇ, ਉਹ ਆ ਗਏ ਵਰਤਣ ਵਾਲੇ। ਉਹ ਵਰਤਣ ਵਾਲਿਆਂ ਦਾ ਮਤਲਬ ਹੈ ਇੱਥੇ ਵਰਤਣ ਵਾਲਿਆਂ ਨਾਲ ਵਰਤਦੇ ਹਾਂ, ਜਿਹੜੇ ਆਪਾਂ ਨੂੰ ਖੁਸ਼ ਹੋ ਕੇ ਮਿਲਦੇ ਨੇ ਉਹਨਾਂ ਨਾਲ ਆਪਾਂ ਭੱਜ ਕੇ ਮਿਲਦੇ ਹਾਂ ਉਹਨਾਂ ਨੂੰ। ਅਤੇ ਮਤਲਬ ਕੱਢਣ ਵਾਲਿਆਂ ਤੋਂ ਪਾਸਾ ਅਸੀਂ ਵੱਟਦੇ ਹਾਂ, ਕਿਉਂਕਿ ਜਿਹੜਾ ਮਤਲਬ ਕੱਢ ਜਾਂਦਾ ਫਿਰ ਉਹਨੂੰ ਆਪਾਂ ਬੁਲਾਉਂਦੇ ਨਹੀਂ, ਠੀਕ ਹੈ। ਅਸੀਂ ਹਾਰ ਕੇ ਵੀ ਜ਼ਿੰਦਗੀ ਜਿਉਣ ਦਾ ਜਜ਼ਬਾ ਰੱਖਦੇ ਹਾਂ। ਮੈਂ ਬਹੁਤ ਵਾਰ ਹਾਰਿਆ ਮੇਰੇ ਵੀਰੋ, ਬਹੁਤ ਵਾਰ ਐਂ ਵੀ ਕਰਿਆ ਯੂਟਿਊਬ ਬੰਦ ਕਰ ਦਈਏ, ਹੈ ਨਾ, ਬਹੁਤ ਕੁਛ ਹੋਇਆ। ਘਰੇ ਵੀ ਘਰਦਿਆਂ ਨੂੰ ਵੀ ਲੋਕਾਂ ਨੇ ਕਿਹਾ ਕੀ ਕਰਦਾ ਤੁਹਾਡਾ ਮੁੰਡਾ, ਆਹ ਕੀ ਕਰਦਾ, ਹੈ ਨਾ। ਪਰ ਆਪਾਂ ਦਬੇ ਨੇ, ਹੁਣ ਥੋੜ੍ਹੀ ਥੋੜ੍ਹੀ ਲੋਕ ਜਾਣਨ ਲੱਗੇ ਨੇ, ਹੁਣ ਥੋੜ੍ਹਾ ਜਿਹਾ ਘਰਦਿਆਂ ਨੂੰ ਵੀ ਹੋ ਜਾਂਦਾ ਕਿ ਮੁੰਡਾ ਕੁਛ ਵਧੀਆ ਕਰ ਰਿਹਾ। ਪਰ ਹਲੇ ਵੀ ਬਹੁਤ ਲੋੜ ਆ ਤੁਹਾਡੇ ਪਿਆਰ ਦੀ। ਮੈਨੂੰ ਸ਼ੌਂਕ ਨਾ ਬਹੁਤ ਨੇ ਯਾਰ, ਜਿਵੇਂ ਸਿੰਗਿੰਗ ਦਾ ਸ਼ੌਂਕ ਹੋਇਆ, ਭੰਗੜੇ ਦਾ ਸ਼ੌਂਕ ਹੋਇਆ। ਮਤਲਬ ਸ਼ੌਂਕਾਂ ਨੂੰ ਪੂਰਨ ਵਾਸਤੇ ਕਈ ਜਗ੍ਹਾ 'ਤੇ ਪੈਸੇ ਦੀ ਲੋੜ ਹੁੰਦੀ ਆ, ਪਰ ਕੁਝ ਸ਼ੌਂਕ ਤੁਹਾਡੇ ਅੰਦਰ ਹੁੰਦੇ ਨੇ ਜੋ ਟੈਲੈਂਟ ਦੇ ਰੂਪ ਵਿੱਚ ਬਾਹਰ ਆਉਂਦੇ ਨੇ। ਜੇ ਆਪਣਾ ਸ਼ੌਂਕ ਆਪਾਂ ਨੂੰ ਕਮਾਈ ਦੇਣ ਲੱਗ ਜਾਵੇ, ਉਹਦੇ ਵਰਗੀ ਰੀਸ ਨਹੀਂ ਕੋਈ। ਹੁਣ ਜਿਵੇਂ ਸਿੰਗਿੰਗ ਕਰਦੇ ਨੇ ਸਿੰਗਰ, ਉਹ ਤੋਂ ਪੈਸਾ ਕਮਾਉਂਦੇ ਨੇ, ਮਤਲਬ ਉਹ ਸ਼ੌਂਕ ਤੋਂ ਆਪਣਾ ਪੈਸਾ ਕਮਾ ਰਹੇ ਨੇ, ਉਹ ਵਧੀਆ ਗੱਲ ਹੈ। ਕਿ ਛੋਟੀ ਉਮਰ ਦੇ ਵਿੱਚ ਸਕਸੈਸ ਹੋਣਾ ਬਹੁਤ ਵੱਡੀ ਗੱਲ ਹੁੰਦੀ ਹੈ। ਜਿਵੇਂ ਮੈਂ ਦੇਖਦੇ ਹੀ ਰਹਿੰਦਾ, ਇੰਟਰਵਿਊ ਸੁਣਦੇ ਹੀ ਰਹਿੰਦਾ ਵੀਰਾਂ ਦੀ, ਅਤੇ ਉੱਥੋਂ ਵੀ ਯਾਰ ਇੰਸਪਾਇਰ ਹੁੰਦਾ ਬੰਦਾ ਕਿ ਜਦ ਇਹ ਬੰਦਾ ਇੰਨੀ ਕੁ ਉਮਰ ਦੇ ਵਿੱਚ ਕਰ ਰਿਹਾ, ਆਪਾਂ ਕਿਉਂ ਨਾ ਕਰੀਏ। ਜਿਵੇਂ ਅੱਜ ਦੀ ਮੈਂ ਗੱਲਬਾਤ ਕਰ ਰਿਹਾ ਤੁਹਾਡੇ ਨਾਲ, ਇਹ ਤੁਹਾਨੂੰ ਇੰਸਪਾਇਰ ਤੁਹਾਨੂੰ ਉਹ ਕਰਨ ਵਾਸਤੇ ਕਰ ਰਿਹਾ, ਮੋਟੀਵੇਟ। ਮੋਟੀਵੇਟ ਹੋਵੋਗੇ, ਜਿੰਨਾ ਤੁਸੀਂ ਮੋਟੀਵੇਟ ਰਹੋਗੇ, ਉਨਾ ਤੁਸੀਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੋਗੇ। ਮੇਰੀ ਤਾਂ ਗੱਲ ਇਹੀ ਹੈ, ਦੁਨੀਆ ਜੋ ਮਰਜ਼ੀ ਕਹੇ, ਬਸ ਤੁਸੀਂ ਪਰਵਾਹ ਨਹੀਂ ਕਰਨੀ। ਅਤੇ ਕੁਝ ਗੱਲਾਂ ਅੱਜ ਮੇਰੇ ਜ਼ਿਹਨ ਦੇ ਵਿੱਚ ਆਈਆਂ ਕਿ ਜਿਵੇਂ ਅੱਜ ਕੱਲ੍ਹ ਦੇਖਦੇ ਹਾਂ ਕਿ ਕੁੜੀਆਂ ਵਿਆਹ ਕਰਾ ਕੇ ਬਾਹਰ ਚਲੀ ਜਾਂਦੇ ਨੇ, ਉੱਥੇ ਜਾ ਕੇ ਮੁੰਡਿਆਂ ਨੂੰ ਧੋਖੇ ਦੇਈ ਜਾਂਦੇ ਨੇ, ਅਤੇ ਮੁੰਡਿਆਂ ਦੀ ਇੱਥੇ ਡੈਥ ਹੋਈ ਜਾਂਦੀ ਹੈ ਨਾ, ਮੁੰਡੇ ਦਵਾਈ ਪੀ ਲੈਂਦੇ ਨੇ। ਪਰ ਇੱਦਾਂ ਨਾ ਕਰੋ ਨਾ, ਕਿਉਂਕਿ ਯਾਰ ਤੁਸੀਂ ਤਾਂ ਚਲੇ ਜਾਣਾ, ਪਿੱਛੋਂ ਮਾਂ ਬਾਪ ਦਾ ਕੀ ਹਾਲ ਹੋ ਜਾਂਦਾ। ਤਾਂ ਮੈਂ ਉਹਦੇ ਜ਼ਿਹਨ ਦੇ ਵਿੱਚ ਦੋ ਗੱਲਾਂ ਆਈਆਂ ਮੇਰੇ ਕਿ ਮੈਨੂੰ ਚੰਨ ਚੰਨ ਕਹਿਣ ਵਾਲੀ ਅੱਜ ਕਿਸੇ ਹੋਰ ਦਾ ਚੰਨ ਹੋ ਗਈ ਹੈ, ਮੇਰੇ ਨਾਂ ਦਾ ਚੂੜਾ ਪਾ ਕੇ ਉਹ ਡਸਟਬੀਨ ਦੇ ਵਿੱਚ ਸੁੱਟ ਗਈ ਹੈ। ਕਿ ਮੈਨੂੰ ਚੰਨ ਚੰਨ ਕਹਿਣ ਵਾਲੀ ਅੱਜ ਕਿਸੇ ਹੋਰ ਦਾ ਚੰਨ ਹੋ ਗਈ ਹੈ, ਮੇਰੇ ਨਾਲ ਪਿਆਰ ਦੀਆਂ ਕਸਮਾਂ ਪਾਈਆਂ ਹੁਣ ਕਿਸੇ ਹੋਰ ਦੇ ਨਾਲ ਪਾਉਂਦੀ ਹੈ, ਮੈਨੂੰ ਚੰਨ ਚੰਨ ਕਹਿਣ ਵਾਲੀ ਅੱਜ ਕਿਸੇ ਹੋਰ ਦਾ ਚੰਨ ਹੋ ਗਈ। ਇੱਥੇ ਡਸਟਬੀਨ ਦੇ ਚੂੜਾ ਸੁੱਟਣ ਤੋਂ ਮਤਲਬ ਹੈ, ਕਿਉਂਕਿ ਗੱਲਾਂ ਸਾਹਮਣੇ ਆ ਰਹੀਆਂ ਨੇ, ਕਹਿੰਦੇ ਕੈਨੇਡਾ ਦੇ ਡਸਟਬੀਨ ਦੇ ਵਿੱਚ ਚੂੜੇ ਨਿਕਲਦੇ ਨੇ, ਹੈ ਨਾ। ਬਹੁਤ ਵੱਡੀ ਮਾੜੀ ਗੱਲ ਹੈ, ਕਿਉਂਕਿ ਯਾਰ ਇੱਦਾਂ ਨਹੀਂ ਕਰਨਾ ਚਾਹੀਦਾ। ਉਹ ਵੀ ਕਿਸੇ ਦਾ ਪੁੱਤ ਹੈ ਜਿਹਨੂੰ ਤੁਸੀਂ ਧੋਖਾ ਦੇ ਰਹੇ ਹੋ। ਕਿਸੇ ਨੂੰ ਵੀ ਹਾਂ ਅੱਜ ਤੱਕ ਧੋਖਾ ਨਾ ਦੇਵੋ ਯਾਰ, ਜੇ ਤੁਹਾਨੂੰ ਕਿਸੇ ਨੇ ਪਿਆਰ ਕਰਿਆ ਉਹਨੂੰ ਕਿਸੇ ਨੂੰ ਧੋਖਾ ਨਾ ਦਿਓ। ਮੇਰੇ ਨਾਲ ਇਹੀ ਹੈ ਜ਼ਿੰਦਗੀ ਦੇ ਵਿੱਚ। ਦੇਖੋ ਮੈਂ ਅੱਜ ਤੱਕ ਦੇਖਿਆ ਹੋਊਗਾ ਤੁਸੀਂ, ਮੈਂ ਇਕੱਲਾ ਜੀ ਰਿਹਾ। ਯਾਰ ਦੋਸਤ ਜਦੋਂ ਇਕੱਠੇ ਹੁੰਦੇ ਨੇ ਉਦੋਂ ਹੀ ਬਸ ਆਪਾਂ ਨੂੰ ਇੰਜੋਏ ਕਰਦੇ ਹਾਂ, ਜਦੋਂ ਯਾਰ ਦੋਸਤ ਇਕੱਠੇ ਹੁੰਦੇ ਨੇ। ਫਿਰ ਵੀ ਯਾਰ ਜ਼ਿਆਦਾਤਰ ਮੈਨੂੰ ਘਾਟ ਉੱਥੇ ਹੁੰਦੀ ਹੈ ਕਿ ਮੇਰੇ ਨਾਲ ਮੈਨੂੰ ਹੌਸਲਾ ਦੇਣ ਵਾਲਾ ਕੋਈ ਹਜੇ ਪੱਕਾ ਬੰਦਾ ਨਹੀਂ ਹੈਗਾ, ਕਿਉਂਕਿ ਹਰੇਕ ਆਪੋ ਆਪਦੇ ਕੰਮਾਂ ਦੇ ਵਿੱਚ ਰੁਝਿਆ ਹੋਇਆ। ਜੇ ਮੇਰੇ ਨਾਲ ਇਹ ਲਾਈਨ ਦੇ ਵਿੱਚ ਆ ਕੇ ਕੋਈ ਬੰਦਾ ਮੇਰੇ ਨਾਲ ਖੜ ਕੇ, ਹੈ ਨਾ, ਮੇਰੇ ਨਾਲ ਕਦਮ ਮਿਲਾ ਕੇ ਚੱਲੇ, ਉਹ ਗੱਲ ਕੁਛ ਹੋਰ ਹੁੰਦੀ ਹੈ ਨਾ। ਅਤੇ ਹੁਣ ਦੇਖੋ ਚੰਗਾ ਮਾੜਾ ਟਾਈਮ ਸਭ ਨੂੰ ਦੇਖਣਾ ਪੈਂਦਾ, ਚੰਗੇ ਮਾੜਾ ਟਾਈਮ ਦੇਖਣ ਤੋਂ ਬਾਅਦ ਹੀ ਚੰਗਾ ਟਾਈਮ ਆਉਂਦਾ। ਤਾਂ ਗੱਲ ਮੇਰੀ ਜ਼ਰੂਰ ਧਿਆਨ 'ਚ ਕਰਿਓ। ਬਾਕੀ ਗੱਲਾਂ ਇਹੀ ਨੇ ਜੀ, ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਰਹੋ, ਪਰਵਾਹ ਨਾ ਕਰੋ ਕਿਸੇ ਦੀ, ਪਰਵਾਹ ਨਾ ਕਰੋ, ਠੀਕ ਹੈ। ਅਤੇ ਬਾਕੀ ਤੁਹਾਨੂੰ ਅੱਜ ਦੀਆਂ ਗੱਲਾਂ ਬਾਤਾਂ ਮੇਰੀਆਂ ਵਧੀਆ ਲੱਗੀਆਂ ਹੋਣਗੀਆਂ, ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਬਾਕੀ ਗੱਲਾਂ ਬਾਤਾਂ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ। ਅਤੇ ਬਹੁਤ ਕੁਝ ਇਹੋ ਜਿਹੇ ਜਹਿਨ ਦੇ ਵਿੱਚ, ਇੰਨੀ ਲੰਬੀ ਆਪਾਂ ਵੀਡੀਓ ਨਹੀਂ ਕਰਨੀ,
ਤਾਂ ਜੇਕਰ ਅੱਜ ਦੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਡੇ ਬਾਈ ਨੂੰ ਮੋਟੀਵੇ ਮਿਲੀ ਸਕੇ ਤੁਹਾਡੀ, ਕਿਉਂਕਿ ਹੌਸਲਾ ਜਿਹਾ ਹੋ ਜਾਂਦਾ ਯਾਰ ਜਦ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਦੇ ਹੋ। ਅਤੇ ਇੱਕ ਗੱਲ ਹੋਰ, ਜੇਕਰ ਤੁਸੀਂ ਮੈਨੂੰ ਬੋਨਸ ਭੇਜਣਾ ਚਾਹੁੰਦੇ ਹੋ ਤਾਂ ਥੈਂਕਸ ਬਟਨ ਤੋਂ ਬੋਨਸ ਵੀ ਭੇਜ ਸਕਦੇ ਹੋ। ਧੰਨਵਾਦ, ਮਿਲਦੇ ਹਾਂ ਆਪਾਂ ਅਗਲੀ ਵੀਡੀਓ ਨਾਲ, ਇੱਦਾਂ ਹੀ।